ਅੱਜ ਅਰਬਨ ਸਟੇਟ ਫਗਵਾੜਾ ਵਿਖੇ ਅਦਬੀ ਸਾਗਰ ਵਿਰਕ ਵੱਲੋਂ ਇੱਕ ਕਵੀ ਦਰਬਾਰ ਬਲਦੇਵ ਰਾਜ ਕੋਮਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਹਦੇ ਵਿੱਚ ਅਲੱਗ ਅਲੱਗ ਕਵੀਆਂ ਨੇ ਆਪੋ ਆਪਣੀਆਂ ਕਵਿਤਾਵਾਂ ਬਹੁਤ ਹੀ ਵਧੀਆ ਢੰਗ ਦੇ ਨਾਲ, ਤਰੰਨਮ ਦੇ ਨਾਲ ਔਰ ਉਸ ਤਰ੍ਹਾਂ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀਆਂ। ਕਵੀਆਂ ਨੂੰ ਸਮਾਨ ਅਤੇ ਸਰੋਤਾ ਜਨ ਸਮਾਨ, ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜੀਆਂ ਕਹਿੰਦਾ ਕਿ ਅੱਜ ਸਾਡੀ ਛੋਟੀ ਜਿਹੀ ਬੇਨਤੀ ਨੂੰ ਕਬੂਲ ਕਰਦਿਆਂ ਹੋਇਆਂ ਤੁਸੀਂ ਸਾਡੀ ਬੇਨਤੀ ਨੂੰ ਬੇਨਤੀ ਨਹੀਂ ਸਮਝਿਆ, ਤੁਸੀਂ ਸਾਡੀ ਬੇਨਤੀ ਨੂੰ ਇੱਕ ਹੁਕਮ ਦੇ ਜਿੱਦਾਂ ਹੁਕਮ ਕਰਨ ਡਿਆ ਹੁੰਦਾ ਨਾ ਉੱਦਾਂ ਸਮਝ ਕੇ ਆਇਓ। ਤੁਹਾਡੇ ਮੈਂ ਦਿਲ ਦੀਆਂ ਡੰਗਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਹੁਣੇ ਪ੍ਰਧਾਨਗੀ ਦੇ ਨਾਂ ਦੇ ਉੱਤੋਂ ਇਸ ਗੱਲ ਦਾ ਰੌਲਾ ਪੈ ਰਿਹਾ ਸੀ ਕਿ ਕੌਣ ਪ੍ਰਧਾਨਗੀ ਕਰੇ ਅੱਜ ਦੇ ਇਸ ਪ੍ਰੋਗਰਾਮ ਦੀ। ਇਹ ਵੀ ਇੱਕ ਵਧੀਆ ਸ਼ੁਭ ਸੰਕੇਤ ਆ, ਵਧੀਆ ਸਗਨ ਆ। ਸਾਰਿਆਂ ਨੇ ਇਹ ਗੱਲ ਕਹੀ ਆ ਵੀ ਨਹੀਂ ਆਪਾਂ ਸਾਰੇ ਪ੍ਰਧਾਨ ਆ, ਨਹੀਂ ਤਾਂ ਕਈ ਕਵੀ ਸਾਡੇ ਬਸ ਸਭ ਨਾਰਾਜ਼ ਹੋ ਜਾਂਦੇ ਆ। ਉਹ ਕਹਿੰਦੇ ਯਾਰ ਇਹ ਤਾਂ ਤੁਸੀਂ ਬਹੁਤ ਮਾੜੀ ਗੱਲ ਕੀਤੀ ਆ, ਮੈਂ ਬੜਾ ਵੱਡਾ ਸੀਨੀਅਰ ਸੀ, ਮੈਨੂੰ ਤੁਸੀਂ ਪ੍ਰਧਾਨ ਨਹੀਂ ਬਣਾਇਆ। ਆਮ ਇਹ ਗੱਲ ਵੇਖੀ ਜਾਂਦੀ ਹੈ ਕਵੀ ਦਰਬਾਰਾਂ ਦੇ ਵਿੱਚ, ਮੈਂ ਤੇਰੇ ਕਵੀ ਦਰਬਾਰ 'ਤੇ ਜਾਵਾਂਗਾ ਅਤੇ ਮੈਨੂੰ ਤੂੰ ਪ੍ਰਧਾਨਗੀ ਵਾਲੀ ਕੁਰਸੀ 'ਤੇ ਬਣਾਵੀਂ। ਜਾਂ ਪ੍ਰਧਾਨਾਂ ਦੇ ਵਿੱਚ ਵੀ ਇਹ ਗੱਲ ਚੱਲਦੀ ਆ, ਤੇਰੇ ਅਖਾੜੇ ਦੇ ਵਿੱਚ ਤੂੰ ਮੈਨੂੰ ਢਾਲੀ, ਜਦੋਂ ਮੇਰਾ ਅਖਾੜਾ ਹੋਵੇਗਾ ਮੈਂ ਤੈਨੂੰ ਢਾਲਾਂਗਾ, ਰਲੇ ਹੁੰਦੇ ਆ। ਵਧੀਆ ਗੱਲ ਆ ਵੀ ਇੱਦਾਂ ਦੀ ਕੋਈ ਵੀ ਗੱਲ ਨਹੀਂ ਹੈ। ਤੂੰ ਮੈਨੂੰ ਸਨਮਾਨ ਦੇ ਦੇ, ਤੂੰ ਮੈਨੂੰ ਸਨਮਾਨ ਦੇ ਦੇ, ਮੈਂ ਤੈਨੂੰ ਸਨਮਾਨ ਦੇ ਦੂੰ। ਤੂੰ ਮੈਨੂੰ ਸਨਮਾਨ ਦੇ ਦੇ, ਮੈਂ ਤੈਨੂੰ ਸਨਮਾਨ ਦੇ ਦੂੰ। ਕੈਸਾ ਹੈ ਸਿਲਸਿਲਾ ਕਵੀਆਂ ਚਲਾਇਆ ਏ, ਉਹ ਬੋਲਦਾ ਅੰਗਰੇਜ਼ੀ ਨਾ ਜਾਣਦਾ ਪੰਜਾਬੀ, ਜੋ ਸਹਿਤ ਸਭਾ ਕੋਲੋਂ ਸਨਮਾਨ ਲੈਣ ਆਇਆ ਏ। ਲੈਣਾ ਕਿ ਜਾ ਕੇ ਉੱਥੇ ਚੌਧਰ ਦੀ ਭੁੱਖ ਜਿੱਥੇ, ਕਿਵੇਂ ਹੁਣ ਪਾਊ ਨਾ ਭਿੰਡਰ ਕਿਹਾਰ ਤਾਂ ਇਹ ਲੋਟਿਤ। ਮੇਰੀ ਪੁਰਾਣੀ ਰਚਨਾ ਥੋੜ੍ਹੀ ਜਿਹੀ ਮੈਂ ਦੋ ਕੁ ਲੈਣਾ ਵਿੱਚ ਕਰ ਲਵਾਂ। ਮਤਲਬ ਕਿ ਉਹ ਭਾਈ ਸਾਹਿਬ ਸਪੈਸ਼ਲ ਸਾਡੇ ਵੱਲੋਂ ਸਾਰਿਆਂ ਦਾ ਜੀ ਆਇਆਂ ਵੀ ਤਾਂ ਧੰਨਵਾਦ ਵੀ ਹੈ, ਤੁਸੀਂ ਅੱਜ ਸਾਡੇ ਪਾਰਕ ਵਿੱਚ ਚਰਨ ਪਾਏ ਨੇ। ਮੰਦਰਾਂ ਵਿੱਚ ਮੱਥੇ ਰਗੜ ਰਿਹਾ ਤੇ ਦੇਖੋ ਰੱਬ ਨੂੰ ਕਿੱਦਾਂ ਪਗੜ ਰਿਹਾ, ਖਿੱਚ ਰੱਸੀ ਟੱਲ ਵਜਾਉਂਦਾ ਹੈ ਤੇ ਰੁੱਸਿਆ ਰਾਮ ਮਨਾਉਂਦਾ ਹੈ, ਖਿੱਚ ਰੱਸੀ ਟੱਲ ਵਜਾਉਂਦਾ ਹੈ
ਤੇ ਰੁੱਸਿਆ ਰਾਮ ਮਨਾਉਂਦਾ ਅੱਖਾਂ ਮੀਟ ਪੀ ਰਿਹਾ, ਅੱਖਾਂ ਮੀਟ ਪੀ ਰਿਹਾ ਜੋ ਅੰਮ੍ਰਿਤ ਦੇ ਬਾਟੇ ਨੂੰ ਵੇਸਣ ਵਿੱਚ ਰਲਾ ਰਿਹਾ, ਉਹ ਮੱਕੀ ਦੇ ਆਟੇ ਨੂੰ ਮਿੱਠਾ ਉਹ ਬੋਲਦਾ ਹੈ ਤੇ ਘੱਟ ਉਹ ਤੋਲਦਾ ਹੈ, ਮਿੱਠਾ ਉਹ ਬੋਲਦਾ ਹੈ ਤੇ ਘੱਟ ਉਹ ਤੋਲਦਾ ਹੈ। ਸਾਰਾ ਕੁਝ ਦੇਖ ਕੇ ਵੀ ਰੱਬ ਕਿਉਂ ਚੁੱਪ ਹੈ, ਕਿਵੇਂ ਹੁਣ ਕਹੂ ਨਾ ਪਿੰਡਰ ਕੇ ਹਰ ਥਾਂ ਹੀ ਲੁੱਟ ਹੈ, ਕਿਵੇਂ ਹੁਣ ਕਹੂ ਨਾ ਪਿੰਡਰ ਕੇ ਹਰ ਥਾਂ ਹੀ ਲੁੱਟ ਹੈ। ਸਾਡੇ ਦੋ ਚਾਰ ਕਵੀ ਹੋਰ ਆ ਰਹੇ ਨੇ ਤੇ ਬਸ ਦੋ ਪੰਜ ਸੱਤ ਮਿੰਟਾਂ ਦੇ ਵਿੱਚ ਹੀ ਹੋਰ ਵੀ ਦੋ ਚਾਰ ਬੰਦੇ ਆਉਣ ਵਾਲੇ ਨੇ। ਹੁਣ ਮੈਂ ਸਭ ਤੋਂ ਪਹਿਲਾਂ ਸੁੱਚਾ ਜੀ ਵਿਰਕ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਆਪਣੀ ਪਿਆਰੀ ਜੀ ਨਜ਼ਮ ਜਿਹੜੀ ਆ ਸਰੋਤਿਆਂ 'ਤੇ ਪੇਸ਼ ਕਰਨ। ਜਨਾਬ ਸੁੱਚਾ ਰਾਮ ਜੀ ਵਿਰਕ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਕੁਝ ਲੈਣਾ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਦੇਵ ਵਿਰਕ ਭਾਈ ਦੀਆਂ ਲਿਖੀਆਂ ਹੋਈਆਂ। ਪੰਜਾਬ ਦੇ ਜੋ ਹਾਲਾਤ ਹੋ ਰਹੇ ਹਨ ਉਹਨਾਂ 'ਤੇ ਚਾਨਣਾ ਪਾਈ ਹੋਈ ਆ ਸਾਡੇ ਭਾਜੀ ਹੁਣੀ। ਕੁਝ ਲੈਣਾ ਤੁਹਾਡੇ ਸਾਹਮਣੇ ਮੈਂ ਪੇਸ਼ ਕਰਾਂਗਾ। ਰਹਿੰਦਾ ਪੁੱਛਦਾ ਹਵਾਵਾਂ ਕੋਲੋਂ ਤੇਰਾ ਸਿਰਨਾਮਾ, ਹੋ ਸਕਦਾ ਨੀ ਕਦੇ ਤੇਰੀ ਯਾਦ ਭੁੱਲ ਜਾਵਾਂ। ਰਹਿੰਦਾ ਪੁੱਛਦਾ ਹਵਾਵਾਂ ਕੋਲੋਂ ਤੇਰਾ ਸਿਰਨਾਮਾ, ਹੋ ਸਕਦਾ ਨੀ ਕਦੇ ਤੇਰੀ ਯਾਦ ਭੁੱਲ ਜਾਵਾਂ। ਮੇਰੇ ਰੰਗਲੇ ਪੰਜਾਬ ਵਿੱਚੋਂ ਉੱਡ ਪੁੱਡ ਗਈਆਂ, ਹੋ ਰੰਗਲੇ ਪੰਜਾਬ ਵਿੱਚੋਂ ਉੱਡ ਪੁੱਡ ਗਈਆਂ, ਕਿੱਦਾਂ ਦੱਸੋ ਉਹਨਾਂ ਨੂੰ ਲਿਆਵਾਂ ਮੋੜ ਕੇ। ਬਹੁਤ ਵਧੀਆ। ਐਸੀ ਚੱਲੀ ਚੰਦਰੀ ਹਨੇਰੀ ਪੂਰੇ ਵਾਲੀ, ਲੈ ਗਈ ਰੰਗਲੇ ਪੰਜਾਬ ਦੀ ਜਵਾਨੀ ਰੋੜ ਕੇ। ਐਸੀ ਚੱਲੀ ਚੰਦਰੀ ਹਨੇਰੀ ਪੂਰੇ ਵਾਲੀ, ਲੈ ਗਈ ਰੰਗਲੇ ਪੰਜਾਬ ਦੀ ਜਵਾਨੀ ਰੋੜ ਕੇ। ਨਾ ਕੋਈ ਗੱਭਰੂ ਮੁਟਿਆਰ ਇੱਥੇ ਰਹਿਣ ਨੂੰ ਤਿਆਰ, ਆਏ ਦਿਨ ਹੀ ਵਿਦੇਸ਼ ਨੂੰ ਉਡਾਰੀ ਜਾਂਦੇ ਮਾਰ। ਨਾ ਕੋਈ ਗੱਭਰੂ ਮੁਟਿਆਰ ਇੱਥੇ ਰਹਿਣ ਨੂੰ ਤਿਆਰ, ਸਮਾਂ ਆਉਣ ਤੇ ਵਿਦੇਸ਼ ਨੂੰ ਉਡਾਰੀ ਜਾਂਦੇ ਮਾਰ। ਜਿੱਥੇ ਸੀ ਬਹਾਰਾਂ ਪੂਰੇ ਜੋਬਨ ਦੇ ਉੱਤੇ, ਹੋ ਜਿੱਥੇ ਸੀ ਬਹਾਰਾਂ ਪੂਰੇ ਜੋਬਨ ਦੇ ਉੱਤੇ, ਉਹਨਾਂ ਨੂੰ ਵੀ ਅੱਜ ਨਾਲ ਦੇਖਾਂ ਜੋੜ ਕੇ। ਐਸੀ ਚੱਲੀ ਚੰਦਰੀ ਹਨੇਰੀ ਪੂਰੇ ਵਾਲੀ, ਲੈ ਗਈ ਰੰਗਲੇ ਪੰਜਾਬ ਦੀ ਜਵਾਨੀ ਰੋੜ ਕੇ। ਐਸੀ ਚੱਲੀ ਚੰਦਰੀ ਹਨੇਰੀ ਪੂਰੇ ਵਾਲੀ, ਲੈ ਗਈ ਰੰਗਲੇ ਪੰਜਾਬ ਦੀ ਜਵਾਨੀ ਰੋੜ ਕੇ। ਕੋਈ ਵੀ ਬਚੀ ਨਹੀਂ ਥਾਂ ਮਹਿਫੂਜ਼ ਰਹਿਣ ਲਈ, ਬਸ ਗੁਰੂਆਂ ਪੀਰਾਂ ਦੀ ਧਰਤੀ ਆ ਕਹਿਣ ਲਈ। ਕੋਈ ਵੀ ਬਚੀ ਨਹੀਂ ਥਾਂ ਮਹਿਫੂਜ਼ ਰਹਿਣ ਲਈ, ਬਸ ਗੁਰੂਆਂ ਪੀਰਾਂ ਦੀ ਧਰਤੀ ਆ ਕਹਿਣ ਲਈ। ਹਾਲੇ ਤੱਕ ਤਾਂ ਕੋਈ ਹੋਇਆ ਨਾ ਅਸਰ, ਹੋ ਹਾਲੇ ਤੱਕ ਤਾਂ ਕੋਈ ਹੋਇਆ ਨਹੀਂ ਅਸਰ ਜਾਪੇ,
ਹਰ ਖੇਤਰ ਚ ਜਾਤ ਦੇ ਕਲਮ ਜੋੜਤੇ। ਐਸੀ ਚੱਲੀ ਚੰਦਰੀ ਹਨੇਰੀ ਪੂਰੇ ਵਾਲੀ ਲੈ ਗਈ ਰੰਗਲੇ ਪੰਜਾਬ ਦੀ ਜਵਾਨੀ ਰੋੜ ਕੇ। ਐਸੀ ਚੱਲੀ ਚੰਦਰੀ ਹਨੇਰੀ ਪੂਰੇ ਵਾਲੀ ਲੈ ਗਈ ਰੰਗਲੇ ਪੰਜਾਬ ਦੀ ਜਵਾਨੀ ਰੋੜ ਕੇ। ਦੋਸ਼ੀ ਕਿਸ ਨੂੰ ਬਣਾਈਏ ਕੋਈ ਵੀ ਦਿਸਦਾ ਨਾ ਸਾਫ, ਲੰਘ ਜਾਂਦੀ ਏ ਉਮਰ ਮੰਗਦਿਆਂ ਨੂੰ ਇਨਸਾਫ। ਦੋਸ਼ੀ ਕਿਸ ਨੂੰ ਬਣਾਈਏ ਕੋਈ ਵੀ ਦਿਸਦਾ ਨਾ ਸਾਫ, ਲੰਘ ਜਾਂਦੀ ਏ ਉਮਰ ਮੰਗਦਿਆਂ ਨੂੰ ਇਨਸਾਫ। ਬਿਰਕਾਂ ਦਾ ਦੇਵ ਰਹਿੰਦਾ ਸੋਚਾਂ ਵਿੱਚ ਡੁੱਬਾ ਹੋ, ਬਿਰਕਾਂ ਦਾ ਦੇਵ ਰਹਿੰਦਾ ਸੋਚਾਂ ਵਿੱਚ ਡੁੱਬਾ, ਫੋਕੇ ਰਿਸ਼ਤੇ ਨਿਭਾਉਂਦੇ ਰਹਿ ਗਏ ਅਸੀਂ ਤੋੜ ਕੇ। ਐਸੀ ਚੱਲੀ ਚੰਦਰੀ ਜਵਾਨੀ ਪੁਰ, ਐਸੀ ਚੱਲੀ ਚੰਦਰੀ ਹਨੇਰੀ ਪੂਰੇ ਵਾਲੀ ਲੈ ਗਈ ਰੰਗਲੇ ਪੰਜਾਬ ਦੀ ਜਵਾਨੀ ਰੋੜ ਕੇ। ਐਸੀ ਚੱਲੀ ਚੰਦਰੀ ਹਨੇਰੀ ਪੂਰੇ ਵਾਲੀ ਲੈ ਗਈ ਰੰਗਲੇ ਪੰਜਾਬ ਦੀ ਜਵਾਨੀ ਰੋੜ ਕੇ, ਲੈ ਗਈ ਰੰਗਲੇ ਪੰਜਾਬ ਦੀ ਜਵਾਨੀ ਰੋੜ ਕੇ। ਸਾਨੂੰ ਸੁਣਾਓ ਦੇਵਰਕ ਜੀ। ਜ਼ਿੰਦਗੀ ਚ ਉਮਰ ਭਰ ਭਸੜ ਪਵਾਉਂਦਾ ਮਰ ਗਿਆ, ਕੁੱਲੀ ਚ ਰਾਤਾਂ ਕੱਟੀਆਂ ਇੱਟਾਂ ਪਕਾਉਂਦਾ ਮਰ ਗਿਆ, ਭੁੱਖੇ ਨਿਆਣੇ ਵਿਲਕਦੇ ਰੋਟੀ ਨਾ ਮਿਲੀ ਰਜਮੀ, ਉਂਜ ਮੰਡੀਆਂ ਚ ਦਾਣਿਆਂ ਦੇ ਢੇਰ ਲਗਾਉਂਦਾ ਮਰ ਗਿਆ। ਬੱਚਾ ਜੇ ਚੀਜ਼ੀ ਮੰਗਦਾ ਨਿਕੰਮੀ ਕਹਿ ਕੇ ਟਾਲਿਆ, ਅੰਬਾਂ ਅਨਾਰਾਂ ਲੀਚੀਆਂ ਦੇ ਬਾਗ ਲਗਾਉਂਦਾ ਮਰ ਗਿਆ। ਆਹਾਂ ਦਾ ਦਿੱਤਾ ਸੇਕ ਵੀ ਪੱਥਰ ਇਹ ਪੱਥਰ ਹੀ ਰਹੇ, ਸੀਨੇ ਤੇ ਪੱਥਰ ਰੱਖ ਕੇ ਪੱਥਰ ਉਠਾਉਂਦਾ ਮਰ ਗਿਆ। ਫੁੱਲਾਂ ਨੂੰ ਮਹਿਕਾਂ ਵੰਡੀਆਂ ਕੰਡੇ ਚਬੋ ਕੇ ਆਪਣੇ, ਉਹ ਲੋਕਾਂ ਦੇ ਰਾਹਾਂ ਚੋਂ ਕੰਡੇ ਹਟਾਉਂਦਾ ਮਰ ਗਿਆ। ਲੱਖਾਂ ਲਗਾਏ ਰੁਖੜੇ ਛਾਵਾਂ ਨੂੰ ਮਾਨਣ ਵਾਸਤੇ, ਗੈਰਾਂ ਨੇ ਛਾਵਾਂ ਮਾਣੀਆਂ ਰੁਖੜੇ ਲਗਾਉਂਦਾ ਮਰ ਗਿਆ। ਡੋਲੀ ਖੁਸ਼ਹਾਲੀ ਹੀਰ ਦੀ ਖੇੜੇ ਉਠਾ ਕੇ ਲੈ ਗਏ, ਵਿੱਚ ਵੇਲਿਆਂ ਦੇ ਰਾਂਝਣਾ ਮੰਗੂ ਚਰਾਉਂਦਾ ਮਰ ਗਿਆ। ਆਖਰ ਨੂੰ ਕੱਫਣ ਤੱਕ ਵੀ ਹੋਇਆ ਨਸੀਬ ਵਿੱਚ ਨਾ, ਉਹ ਕੱਪੜੇ ਦੇ ਕਾਰਖਾਨੇ ਚਲਾਉਂਦਾ ਮਰ ਗਿਆ। ਮਰ ਗਿਆ ਤਾਂ ਤਰਸ ਲੋਕਾਂ ਨੇ ਇੱਦਾਂ ਆਖਣਾ, ਕੀ ਭਲਾ ਉਹ ਕਰ ਗਿਆ ਕਵਿਤਾ ਬਣਾਉਂਦਾ ਮਰ ਗਿਆ, ਕਵਿਤਾ ਬਣਾਉਂਦਾ। ਧਨਵਾੜਵੀ ਸਾਹਿਬ ਨੂੰ ਲਸਕਰੀ ਨੂੰ ਬੇਨਤੀ ਕਰਾਂਗਾ। ਚਾਨੇ ਕਿਤਾਂ ਗੁਜ਼ਾਰੀਆ ਤੈ ਰਾਤ ਵੇ ਮੰਡਾ ਜੀ ਦਲੀਲਾਂ ਦੇ ਵਾਸ ਵੇ, ਚਾਨੇ ਕਿਤਾਂ ਗੁਜ਼ਾਰੀਆ ਵੇ ਚਾਨੇ ਕਿਤਾਂ ਗੁਜ਼ਾਰੀਆ ਤੈ ਰਾਤ ਵੇ ਮੰਡਾ ਜੀ ਦਲੀਲਾਂ ਦੇ ਵਾਸ ਵੇ, ਚਾਨੇ ਕਿਤਾਂ ਗੁਜ਼ਾਰੀਆ। ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਤੇ ਤੰਦੂਰ ਵਾਲਾ, ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਤੇ ਤੰਦੂਰ ਪਲਾ, ਪਹਿਲੀ ਰੋਟੀ ਤੂੰ ਖਾਵੇਂ ਮੈਂ ਤੇਰੇ ਬੈਰੀ ਨਸ ਜਾਣ ਦੂਰ ਵਾਲਾ। ਉਹ ਚਾਨੇ ਕਿਤਾਂ ਗੁਜ਼ਾਰੀਆ ਵੇ ਚਾਨੇ ਕਿਤਾਂ ਗੁਜ਼ਾਰੀਆ ਤੈ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਵਾਸ ਵੇ, ਚਾਨੇ ਕਿਤਾਂ ਗੁਜ਼ਾਰੀਆ। ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਸੁੱਕਦੀ ਕਾਬਲਾ, ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਸੁੱਕਦੀ ਕਾਬਲਾ, ਅਸ਼ਕ ਜੋੜੇ ਪੌੜੀਆਂ ਤੇ ਮਸ਼ੂਕਾਂ ਜੋੜੇ ਰਾਬਲਾ। ਉਹ ਚਾਨੇ ਕਿਤਾਂ ਗੁਜ਼ਾਰੀਆ ਵੇ ਚਾਨੇ ਕਿਤਾਂ ਗੁਜ਼ਾਰੀਆ ਤੈ ਰਾਤ ਵੇ ਮੈਂਡਾ
ਜੀ ਦਲੀਲਾਂ ਦੇ ਵਾਸ ਵੇ ਜਾਨੇ ਕਿੱਥਾਂ ਗੁਜ਼ਾਰੀਆ। ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਦਿਸਦੀਆਂ ਬੇਰੀਆਂ। ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਦਿਸਦੀਆਂ ਬੇਰੀਆਂ। ਆ ਜਾ ਜ਼ਿੰਦਗੀ ਮਾਣੀਏ ਗੱਲਾਂ ਹੁਣ ਤੇਰੇ ਤੇ ਮੇਰੀਆਂ। ਵਿਚਾਨੇ ਕਿੱਦਾਂ ਗੁਜ਼ਾਰੀਆ ਵਿਚਾਨੇ ਕਿੱਥਾਂ ਗੁਜ਼ਾਰੀਆ ਤੇ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਵਾਸ ਵੇ ਜਾਨੇ ਕਿੱਥਾਂ ਗੁਜ਼ਾਰੀਆ। ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਲੱਗੀਆਂ ਤੋਰੀਆਂ। ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਲੱਗੀਆਂ ਤੋਰੀਆਂ। ਮੈਂ ਵੀ ਤੈਨੂੰ ਲੱਭ ਲਿਆ ਫੜ ਲਈਆਂ ਤੇਰੀਆਂ ਚੋਰੀਆਂ। ਵਿਚਾਨੇ ਕਿੱਥਾਂ ਗੁਜ਼ਾਰੀਆ ਵਿਚਾਨੇ ਕਿੱਥਾਂ ਗੁਜ਼ਾਰੀਆ ਤੇ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਵਾਸ ਵੇ ਜਾਨੇ ਕਿੱਥਾਂ ਗੁਜ਼ਾਰੀਆ ਵਿਚਾਨੇ ਕਿੱਥਾਂ ਗੁਜ਼ਾਰੀਆ। ਮੈਂ ਬੇਨਤੀ ਕਰ ਦਵਾਂ ਗੰਡਮ ਸਾਹਿਬ ਤੋਂ ਕੱਚ ਦਾ ਖਿਡੌਣਾ। ਜਿੰਦ ਤੇਰੀ ਜਿਵੇਂ ਕੱਚ ਦਾ ਖਿਡੌਣਾ ਬੰਦਿਆ ਪਤਾ ਪਲ ਦਾ ਨਾ ਫੇਰ ਕੀ ਇਹ ਹੋਣਾ ਬੰਦਿਆ। ਜਿੰਦ ਤੇਰੀ ਜਿਵੇਂ ਕੱਚ ਦਾ ਖਿਡੌਣਾ ਬੰਦਿਆ ਪਤਾ ਪਲ ਦਾ ਨਾ ਫੇਰ ਕੀ ਇਹ ਹੋਣਾ ਬੰਦਿਆ। ਜਿੰਦ ਤੇਰੀ ਜਿਵੇਂ ਕਰੇ ਨਾ ਯਕੀਨ ਜੋ ਕੱਚਾ ਹੁੰਦਾ ਕੰਨ ਦਾ ਕਰੇ ਨਾ ਯਕੀਨ ਜੋ ਕੱਚਾ ਹੁੰਦਾ ਕੰਨ ਦਾ ਰਹਿੰਦਾ ਨਾ ਸਥਰ ਟਿਕਾ ਕਦੇ ਮਨ ਦਾ ਰਹਿੰਦਾ ਨਾ ਸਥਰ ਟਿਕਾ ਕਦੇ ਮਨ ਦਾ। ਕਦੇ ਹੱਸਣਾ ਤੇ ਕਦੇ ਹੈ ਰੋਣਾ ਬੰਦਿਆ ਕਦੇ ਹੱਸਣਾ ਤੇ ਕਦੇ ਹੈ ਰੋਣਾ ਬੰਦਿਆ। ਜਿੰਦ ਤੇਰੀ ਜਿਵੇਂ ਕੱਚ ਦਾ ਖਿਡੌਣਾ ਬੰਦਿਆ ਪਤਾ ਪਲਦਾ ਨਾ ਫੇਰ ਕੀ ਹੋਣਾ ਬੰਦਿਆ। ਜਿੰਦ ਤੇਰੀ ਜਿਵੇਂ ਕੱਚ ਦਾ ਖਿਡੌਣਾ ਬੰਦਿਆ ਜਿੰਦ ਤੇਰੀ ਜਿਵੇਂ ਮਾਰ ਮਾਇਆ ਦੇ ਇਸ਼ਾਰਿਆਂ ਤੇ ਰਹਿੰਦਾ ਮਨ ਨੱਚਦਾ ਮਾਇਆ ਦੇ ਇਸ਼ਾਰਿਆਂ ਤੇ ਰਹਿੰਦਾ ਮਨ ਨੱਚਦਾ ਦੁਨੀਆਂ ਦੇ ਰੰਗਾਂ ਵਿੱਚ ਰਹਿੰਦਾ ਮਨ ਰਚਦਾ ਦੁਨੀਆਂ ਦੇ ਰੰਗਾਂ ਵਿੱਚ ਰਹਿੰਦਾ ਮਨ ਨੱਚਦਾ ਪਤਾ ਪਲਦਾ ਨਾ ਫੇਰ ਕੀ ਹੋਣਾ ਬੰਦਿਆ। ਜਿੰਦ ਤੇਰੀ ਜਿਵੇਂ ਕੱਚ ਦਾ ਖਿਡੌਣਾ ਬੰਦਿਆ ਜਿੰਦ ਤੇਰੀ ਜਿਵੇਂ ਕੱਚ ਦਾ ਖਿਡੌਣਾ ਬੰਦਿਆ ਪਤਾ ਪਲਦਾ ਨਾ ਫੇਰ ਕੀ ਹੋਣਾ ਬੰਦਿਆ। ਜਿੰਦ ਤੇਰੀ ਜਿਵੇਂ ਹੋਣਾ ਬੰਦਿਆ ਜਿੰਦ ਤੇਰੀ ਜਿਵੇਂ ਕੱਚ ਦਾ ਖਿਡੌਣਾ ਬੰਦਿਆ ਜਿੰਦ ਤੇਰੀ ਜਿਵੇਂ ਫੜਿਆ ਆ ਪੱਲਾ ਜਿਸ ਨੇ ਸੁੱਕੇ ਸੱਚ ਦਾ। ਧੰਨਵਾਦ। ਹੁਣ ਮੈਂ ਬੇਨਤੀ ਕਰਾਂ ਸਾਡੇ ਮਾਨਯੋਗ ਬੰਗਾ ਸਾਹਿਬ ਨੂੰ ਸਿੱਧ ਰਾਮ ਜੀ ਨੂੰ। ਬਹੁਤ ਹੀ ਸਤਿਕਾਰਯੋਗ ਸਾਥੀਓ, ਇਹ ਹੈਗਾ ਦ੍ਰਿਸ਼ ਬਣਾਇਆ ਭਗਤ ਸਿੰਘ ਦੀ। ਤੁਸੀਂ ਜੋ ਜਾਣਦੇ ਆ ਉਹਨਾਂ ਨੂੰ ਮੈਂ ਆਪਣੇ ਸ਼ਬਦਾਂ 'ਚ ਜ਼ਿੰਦਗੀ ਦੇ ਕੁਝ ਕੀ ਕਹਿੰਦੇ ਹੁੰਦੇ ਪਲ ਤਰਾਸ਼ ਕੇ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ। ਉਹ ਬਰਫ਼ ਤੇ ਜਦ ਤੁਰਿਆ ਚੋੜ ਸਾਹਿਬ, ਬਰਫ਼ ਤੇ ਜਦ ਤੁਰਿਆ ਅੰਗਾਰ ਬਣ ਕੇ, ਨਾ ਡਿੱਗਿਆ ਨਾ ਹਰਿਆ ਤੁਰਿਆ ਵੰਗਾਰ ਬਣ ਕੇ। ਘਰੋਂ ਸੀ ਜਦ ਤੁਰਿਆ ਉਸ ਜਾਣ ਲਈ ਸੀ ਮੰਜ਼ਿਲ, ਠਾਣ ਲਿਆ ਸੀ ਪੂਰਾ ਤੁਰਿਆ ਸ਼ਾਹ ਸਵਾਰ ਬਣ ਕੇ।
ਹਨੇਰੀਆਂ ਤੇ ਝੱਖੜ ਸਨ ਉਸਦੀ ਮਨ ਭਾਉਂਦੀ ਸਵਾਰੀ, ਹਨੇਰੀਆਂ ਤੇ ਝੱਖੜ ਸਨ ਉਸਦੀ ਮਨ ਭਾਉਂਦੀ ਸਵਾਰੀ, ਦੁਸ਼ਵਾਰੀਆਂ ਨੂੰ ਮਖੌਲ ਕਰਦਾ ਤੇਜ਼ ਰਫ਼ਤਾਰ ਫੜ ਕੇ, ਦੁਸ਼ਵਾਰੀਆਂ ਨੂੰ ਮਖੌਲ ਕਰਦਾ ਤੇਜ਼ ਰਫ਼ਤਾਰ ਫੜ ਕੇ, ਉਸ ਬਾਜ ਦੇ ਵੋਟ ਵਾਂਗਰ ਅੰਮਾ ਨੂੰ ਸੀ ਕਹਿਣਾ ਚਾਹਿਆ, ਬਾਜ ਦੇ ਵੋਟ ਵਾਂਗਰ ਅੰਮਾ ਨੂੰ ਕਹਿਣਾ ਚਾਹਿਆ ਵੀ ਮੈਨੂੰ ਐਵੇਂ ਨਾ ਉਂਗਲੀ ਫੜ ਕੇ ਤੁਰੀ ਜਾਈ, ਫੜ ਉੜੀ ਅੱਧ ਅਸਮਾਨੇ ਛੱਡੀ ਉਡਾਂਗਾ ਫੜ ਫਰਾਰ ਕਰਕੇ, ਨਹੀਂ ਮਨੱਕਰ ਉਹ ਹੋਇਆ ਉਸ ਕੀਤੇ ਕੌਲ ਕਰਾਰ ਪੂਰੇ, ਨਹੀਂ ਮਨੱਕਰ ਹੋਇਆ ਉਸ ਕੀਤੇ ਕੌਲ ਕਰਾਰ ਪੂਰੇ, ਆਜ਼ਾਦੀ ਲਈ ਦਿੱਤੀ ਅਹੂਤੀ ਪੂਰੇ ਠਾਠ ਬਾਠ ਕਰਕੇ, ਨੀਵੀਂ ਪਾ ਕੇ ਨਹੀਂ, ਉਸ ਆਜ਼ਾਦੀ ਲਈ ਦਿੱਤੀ ਅਹੂਤੀ ਪੂਰੇ ਠਾਠ ਬਾਠ ਕਰਕੇ, ਨਾਬਰੀ ਦਾ ਚੁੱਕਿਆ ਪਰਚਮ ਯਾਵਰ ਨੂੰ ਲਲਕਾਰਿਆ ਉਸ, ਮਜ਼ਲੂਮਾਂ ਦਾ ਮਸੀਹਾ ਤੇ ਯੋਧਿਆਂ ਦਾ ਸਿਰਦਾਰ ਬਣ ਕੇ। ਕੌਣ ਵਿਚਾਰਾ ਗਾਉਣ ਵਾਲਾ ਸੀਤਲ, ਕੌਣ ਵਿਚਾਰਾ ਗਾਉਣ ਵਾਲਾ, ਉਸਤਤ ਸਾਰਾ ਦੇਸ਼ ਗਾਵੇ। ਆਜ਼ਾਦੀ ਨਿਆਮਤ ਆਈ ਆਈ ਉਸਦੇ ਉਪਕਾਰ ਕਰਕੇ, ਆਜ਼ਾਦੀ ਨਿਆਮਤ ਆਈ ਆਈ ਉਸਦੇ ਉਪਕਾਰ ਕਰਕੇ, ਉਹ ਬਰਫ਼ ਤੇ ਜਦ ਤੁਰਿਆ ਤੁਰਿਆ ਅੰਗਾਰ ਬਣ ਕੇ, ਨਾ ਡਿੱਗਿਆ ਨਾ ਹਰਿਆ ਤੁਰਿਆ ਵੰਗਾਰ ਬਣ ਕੇ, ਤੁਰਿਆ ਵੰਗਾਰ। ਸਹਿਜਲ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਆਪਣੀ ਕੋਈ ਜਿਹੜੀ ਪਿਆਰੀ ਜੀ ਰਚਨਾ ਹੈ। ਹੁੰਦੀ ਕੋਈ ਨਾ ਕੋਈ ਕਹਾਣੀ ਪਿੱਛੇ, ਹੁੰਦੀ ਕੋਈ ਨਾ ਕੋਈ ਕਹਾਣੀ ਪਿੱਛੇ, ਬਿਨਾਂ ਵਜ੍ਹਾ ਨਹੀਂ ਪੱਕਦੀ ਅੱਲ ਕੋਈ, ਚਾਹੇ ਜੋ ਖੁਰਾਕਾਂ ਵੀ ਖਾ ਲਈਏ, ਬਣਦਾ ਬਿਨਾਂ ਅਖਾੜੇ ਨਹੀਂ ਮੱਲ ਕੋਈ, ਜਿਹੜਾ ਕਦੇ ਵੀ ਧੋਖਾ ਨਹੀਂ ਦੇ ਸਕਦਾ, ਆਤਮ ਬਲ ਵਰਗਾ ਨਹੀਂ ਬਲ ਕੋਈ, ਸਹਿਜਲ ਕਿਸੇ ਨੂੰ ਵੀ ਸਮਾਂ ਬਖਸ਼ਦਾ ਨਹੀਂ, ਇੱਥੇ ਅੱਜ ਕੋਈ ਇੱਥੇ ਕੱਲ ਕੋਈ, ਕੁਦਰਤ ਆਪਣੇ ਰੰਗਾਂ ਵਿੱਚ ਖੇਡਦੀ ਹੈ, ਮਾਰੂ ਥਲ ਕੋਈ ਜਲ ਥਲ ਕੋਈ, ਚਾਹੇ ਕਿੰਨਾ ਵੀ ਕੋਈ ਛੁਪਾਉਣਾ ਚਾਹੇ, ਛੁਪਿਆ ਨਹੀਂ ਰਹਿੰਦਾ ਵੱਲ ਛਲ ਕੋਈ, ਕੀਤੇ ਪਾਪ ਨਹੀਂ ਗੰਗਾ ਵਿੱਚ ਤੋਤੇ ਜਾਣੇ, ਕੀਤੇ ਪਾਪ ਨਹੀਂ ਗੰਗਾ ਵਿੱਚ ਤੋਤੇ ਜਾਣੇ, ਨਾਵੇ ਜਿੰਨਾ ਮਰਜ਼ੀ ਮਲ ਮਲ ਕੋਈ, ਇੱਥੇ ਰਹੇ ਨਾ ਸ਼ਾਹਜਹਾਨ ਵਰਗੇ, ਸਦਾ ਲਈ ਦਾ ਤਾਜ ਮਹਿਲ ਕੋਈ, ਪਰੇਸ਼ਾਨੀਆਂ ਵਿੱਚ ਉਹ ਘਿਰ ਜਾਂਦਾ, ਪਰੇਸ਼ਾਨੀਆਂ ਵਿੱਚ ਉਹ ਘਿਰ ਜਾਂਦਾ, ਜਿਹਦੇ ਢਿੱਡ ਨਹੀਂ ਪਚਦੀ ਗੱਲ ਕੋਈ, ਮਨਾ ਭਟਕਣਾ ਮੁੱਕਣੀ ਤਾਂ ਤੇਰੀ, ਪਹਿਲਾਂ ਸੱਚਾ ਦੁਆਰ ਕੋਈ ਤਾਂ ਵੱਲ ਕੋਈ, ਪਰੇਸ਼ਾਨੀਆਂ ਵਿੱਚ ਉਹ ਘਿਰ ਜਾਂਦਾ, ਜਿਹਦੇ ਢਿੱਡ ਨਹੀਂ ਪਚਦੀ ਗੱਲ ਕੋਈ, ਮਨਾ ਭਟਕਣਾ ਮੁੱਕਣੀ ਤਾਂ ਤੇਰੀ, ਪਹਿਲਾਂ ਸੱਚਾ ਦੁਆਰ ਤਾਂ ਵੱਲ ਕੋਈ, ਕਰ ਇੱਕੋ ਮਨ ਮਰਜ਼ੀਆਂ ਵੱਖ ਵੱਖ ਨੇ,
ਕਰ ਇੱਕੋ ਮਨ ਮਰਜ਼ੀਆਂ ਵੱਖ ਵੱਖ ਨੇ, ਨਹੀਂ ਦਿੰਦੀ ਸਕੂਨ ਕੱਲ ਕੋਈ, ਸਹਿਜਲ ਤੌਰ ਜ਼ਮਾਨੇ ਦੇ ਦੱਸਦੇ ਨੇ, ਹੁਣ ਵਾਲੀ ਹੈ ਵੱਡੀ ਹਲ ਚੱਲ ਕੋਈ। ਬਹੁਤ ਵਧੀਆ। ਦੁੱਖ ਦਰਦ ਉਹ ਕਿਸੇ ਦਾ ਕੀ ਜਾਣੇ, ਦੁੱਖ ਦਰਦ ਉਹ ਕਿਸੇ ਦਾ ਕੀ ਜਾਣੇ, ਜਿਹਦੇ ਸੀਨੇ ਨਹੀਂ ਉੱਠਦੀ ਛਲ ਕੋਈ, ਤੈਨੂੰ ਜ਼ਾਲਮਾ ਕਿੱਦਾਂ ਮਹਿਸੂਸ ਹੋਵੇ, ਤੇਰੀ ਜਿਉਂਦੇ ਦੀ ਲਾਵੇ ਜੇ ਖਲ ਕੋਈ। ਦੁੱਖ ਦਰਦ ਉਹ ਕਿਸੇ ਦਾ ਕੀ ਜਾਣੇ, ਜਿਹਦੇ ਸੀਨੇ ਨਹੀਂ ਉੱਠਦੀ ਛਲ ਕੋਈ, ਤੈਨੂੰ ਜ਼ਾਲਮਾ ਕਿੱਦਾਂ ਮਹਿਸੂਸ ਹੋਵੇ, ਤੇਰੀ ਜਿਉਂਦੇ ਦੀ ਲਾਵੇ ਜੇ ਖਲ ਕੋਈ। ਮੂਰਤੀ ਨੇ ਸੋਹਣਾ ਜਾਗਣਾ ਨਹੀਂ, ਕਿਸੇ ਮੂਰਤੀ ਨੇ ਸੋਹਣਾ ਜਾਗਣਾ ਨਹੀਂ, ਚਾਹੇ ਕਿੰਨਾ ਖੜਕਾਲ ਵੇ ਟੱਲ ਕੋਈ, ਬੁੱਢੇ ਬਾਰੇ ਤਾਂ ਇੱਕੋ ਤਮੰਨਾ ਰਹਿੰਦੀ, ਕੋਲ ਆ ਬੈਠੇ ਖੜੀ ਪਲ ਕੋਈ। ਬਹੁਤ ਵਧੀਆ, ਬਹੁਤ ਵਧੀਆ। ਦੁਨੀਆਂ ਵਿੱਚ ਹਰੇਕ ਸਮੱਸਿਆ ਦਾ ਹੁੰਦਾ ਕੋਈ ਨਾ ਕੋਈ ਤਾਂ ਹੱਲ ਕੋਈ, ਮੇਰੀ ਜਾਨ ਜਨੂਨ ਜ਼ਿੱਦ ਨਾਲ ਮੇਰੇ, ਮਤ ਸਮਝਿਓ ਨਹੀਂ ਮੇਰੇ ਵੱਲ ਕੋਈ। ਦੁਨੀਆਂ ਵਿੱਚ ਹਰੇਕ ਸਮੱਸਿਆ ਦਾ ਹੁੰਦਾ ਕੋਈ ਨਾ ਕੋਈ ਤਾਂ ਹੱਲ ਕੋਈ, ਮੇਰੀ ਜਾਨ ਜਨੂਨ ਜ਼ਿੱਦ ਨਾਲ ਮੇਰੇ, ਮਤ ਸਮਝਿਓ ਨਹੀਂ ਮੇਰੇ ਵੱਲ ਕੋਈ। ਮੈਂ ਬੇਨਤੀ ਕਰਦਾ ਕਿ ਮਾਨ ਸਾਹਿਬ, ਬਾਸੂ ਸਾਹਿਬ, ਚਲੋ ਮੈਂ ਬਹੁਤ ਬਹੁਤ ਧੰਨਵਾਦ ਹੈ। ਕੁਝ 5-7 ਦਿਨ ਤੋਂ ਮੈਂ ਠੀਕ ਰਹਿਣ ਨਾ ਕਰਕੇ ਤੁਹਾਡਾ ਸਹਿਯੋਗ ਜ਼ਿਆਦਾ ਚਾਹਾਂਗਾ। ਹੋਲੇ ਮਹੱਲੇ ਦਾ ਸੰਦੇਸ਼ ਕਵਿਤਾ ਮੈਂ ਪੇਸ਼ ਕਰ ਰਿਹਾ, ਕਿਉਂਕਿ ਹੋਲਾ ਮਹੱਲਾ ਚੱਲ ਰਿਹਾ ਅਤੇ ਹੋਲੇ ਮਹੱਲੇ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਫੌਜ ਬਣਾਈ ਸੀ ਔਰ ਇੱਥੋਂ ਜ਼ਾਲਮਾਂ ਨੂੰ ਕੱਢ ਦਿੱਤਾ ਸੀ ਉਹਨਾਂ ਨੂੰ। ਲੋੜ ਫਿਰ ਉਹੀ ਹੈ, ਹੋਲਾ ਮਹੱਲਾ ਜਿਹੜਾ ਉਹ ਰੰਗ ਵਿੱਚ ਆਉਣਾ ਚਾਹੀਦਾ। ਤਾਂ ਮੈਂ ਇਸ ਤਰ੍ਹਾਂ ਪੇਸ਼ ਕੀਤਾ ਕਿ ਸਿੱਖ ਕੌਮ ਨਿਆਰੀ ਹੈ ਜੱਗ ਉੱਤੇ, ਨਿਆਰੀ ਰਹਿਤ ਇਹਦੀ ਨਿਆਰਾ ਕਿਰਦਾਰ ਇਹਦਾ, ਇਹਦੀ ਬਾਣੀ ਵੱਖਰੀ ਇਹਦੀ ਕਹਾਣੀ ਵੱਖਰੀ, ਨਿਆਰਾ ਚੱਜ ਤੇ ਨਿਆਰਾ ਆਚਾਰ ਇਹਦਾ, ਇਹਦਾ ਰੱਬ ਗਰੀਬ ਨਿਵਾਜ਼ ਵੱਖਰਾ, ਹਰ ਥਾਂ ਵਸਦਾ ਇੱਕਿਓਂਕਾਰ ਇਹਦਾ, ਕਈ ਰੰਗਾਂ ਅੰਦਰ ਇਹਦਾ ਰੱਬ ਵਸੇ, ਦਿਸੇ ਸਿਰਜਣਾ ਚੋ ਸਿਰਜਣਹਾਰ ਇਹਦਾ, ਬਹੁ ਵਿਧ ਰੰਗਲਾ ਇਹਦਾ ਰੂਪ ਵੱਖਰਾ, ਅਣਖਾਂ ਨਾਲ ਸ਼ਿੰਗਾਰੀ ਦਸਤਾਰ ਇਹਦੀ, ਤੇ ਸ਼ੀਲ ਮਰਦ ਹੱਠੀ ਜੋਧਾ ਸੂਰਮਾ ਹੈ, ਤੇ ਰੋਬ ਸ਼ਾਨ ਵਾਲੀ ਇਹਦੀ ਗੁਫਤਾਰ ਵੱਖਰੀ। ਇਹਦਾ ਹੋਲਾ ਮਹੱਲਾ ਤਿਉਹਾਰ ਵੱਖਰਾ,
ਨਾ ਹੋਲੀ ਤੋਂ ਹੋਰਾ ਰਖਵਾਉਣ ਵਾਲਾ, ਇਹਦਾ ਨਾਮ ਦਸ਼ਮੇਸ਼ ਨੇ ਰੱਖਿਆ ਸੀ, ਹੋਣੀ ਦੇਸ਼ ਦੀ ਜੋ ਬਦਲਾਉਣ ਵਾਲਾ। ਰੀਤਾਂ ਕੋਝੀਆਂ ਸਾਰੀਆਂ ਰੱਦ ਕਰਕੇ ਸੋਹਣੇ ਚੱਜ ਅਚਾਰ ਲਿਆਉਣ ਵਾਲਾ, ਤੇਗਾਂ ਤੀਰਾਂ ਤਲਵਾਰਾਂ ਤੇ ਬਰਛਿਆਂ ਦੇ ਕਰਤਬ ਕੌਮ ਨੂੰ ਇਹ ਸਿਖਾਉਣ ਵਾਲਾ, ਚਿਹਰੇ ਨਵੀਂ ਬਿਹਾਰ ਲਿਆਉਣ ਵਾਲਾ, ਰੰਗ ਹੋਲੇ ਵਿੱਚ ਕਈ ਰਚਾਉਣ ਵਾਲਾ। ਉਹ 10 ਰੰਗ ਮੈਂ ਪੇਸ਼ ਕੀਤੇ ਨੇ ਹੋਲੇ ਦੇ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ। ਆਸ ਹੈ ਕਿ ਤੁਸੀਂ ਇਸ ਨੂੰ ਐਜੂਕੇਸ਼ਨ ਲੈਵਲ ਤੋਂ ਵੀ ਦੇਖੋਗੇ। ਇੱਕ ਰੰਗ ਹੈ ਨਾਨਕ ਪਾਤਸ਼ਾਹ ਦਾ, ਹੋਲੇ ਮਹੱਲੇ 'ਚ ਕਈ ਰੰਗ ਨੇ, ਇੱਕ ਰੰਗ ਹੈ ਨਾਨਕ ਪਾਤਸ਼ਾਹ ਦਾ, ਪਤ ਨਾਲ ਜੀਣਾ ਜਿਹਦੀ ਸਿੱਖਿਆ ਸੀ। ਦੂਜਾ ਰੰਗ ਹੈ ਗੁਰੂ ਦੀ ਆਸ਼ਕੀ ਦਾ, ਦੂਜੇ ਗੁਰਾਂ ਨੇ ਭੇਦ ਲਖਿਆ ਸੀ। ਤੀਜਾ ਰੰਗ ਅਨੋਖੀ ਚਾਲ ਵਾਲਾ, ਰਾਹ ਖੰਨਿਓ ਤਿਖੜਾ ਦੱਸਿਆ ਸੀ। ਚੌਥਾ ਰੰਗ ਹੈ ਰੱਬੀ ਏਕਤਾ ਦਾ, ਤੇ ਧੜੇ ਬੰਦੀਆਂ ਤੇ ਤੀਰ ਕੱਸਿਆ ਸੀ। ਤੇ ਪੰਜਵਾਂ ਰੰਗ ਕੁਰਬਾਨੀ ਦਾ ਗੁਰਾਂ ਭਰਿਆ, ਤੱਤੀ ਤਵੀ ਤੇ ਬੈਠ ਕੇ ਹੱਸਿਆ ਸੀ। ਤੇ ਮੀਰੀ ਪੀਰੀ ਦੇ ਰੰਗ ਬਖੇਰ ਦਿੱਤੇ, ਤੇ ਛਾਈ ਘੂੜ ਦੀ ਡੂੰਘੀ ਮੱਸਿਆ ਸੀ। ਸੱਤਵੇਂ ਗੁਰੂ ਨੇ ਸੰਜਮ ਦਾ ਰੰਗ ਦਿੱਤਾ, ਤੇ ਫੌਜਾਂ ਰੱਖ ਸ਼ਿਕੰਜਾ ਕੱਸਿਆ ਸੀ। ਤੇ ਅੱਠਵੇਂ ਗੁਰੂ ਨੇ ਰੰਗ ਬਵੇਕ ਦਿੱਤਾ, ਤੇ ਗੁਰੂ ਡੰਮ ਦੀ ਵੱਡੀ ਸਮੱਸਿਆ ਸੀ। ਰੰਗ ਹੋਲੇ ਦਾ ਆਤਮ ਤਿਆਗ ਵਾਲਾ, ਨਾਮੇ ਗੁਰੂ ਦਾ ਚੰਗਾ ਪੱਖਿਆ ਸੀ। ਤੇ ਦਸਵੇਂ ਗੁਰੂ ਨੇ ਸਰਬੰਸ ਦਾਨ ਕਰਕੇ ਚੜ੍ਹਦੀ ਕਲਾ ਦਾ ਰੰਗ ਉਭਾਰ ਦਿੱਤਾ, ਅਕਾਲ ਪੁਰਖ ਦੀ ਫੌਜ ਨੇ ਖੂਨ ਦੇ ਕੇ ਰੰਗ ਹੋਲੇ ਮਹੱਲੇ ਨੂੰ ਝਾੜ ਦਿੱਤਾ। ਤੇ ਅਨੰਦਪੁਰ ਸਾਹਿਬ ਦਾ ਸੀਨ ਆਪਣੇ ਮਨ 'ਚ ਲੈ ਆਓ ਕਿ ਵੱਡਾ ਕਰ ਵੱਡਾ ਕੱਠ ਕਰ ਅਨੰਦਪੁਰ ਸ਼ਹਿਰ ਅੰਦਰ, ਵੱਡਾ ਕੱਠ ਕਰ ਅਨੰਦਪੁਰ ਸ਼ਹਿਰ ਅੰਦਰ, ਸਿੱਖੀ ਸ਼ਾਨ ਹੈ ਖੂਬ ਪ੍ਰਗਟਾਈ ਜਾਂਦੀ। ਤੇ ਹੋਲੇ ਮਹੱਲੇ ਤੇ ਫੌਜਾਂ ਚੜ੍ਹਦੀਆਂ ਨੇ, ਹਲ ਚਲ ਹੈ ਖੂਬ ਮਚਾਈ ਜਾਂਦੀ। ਹਰਕਤ ਵਿੱਚੋਂ ਹੀ ਬਰਕਤ ਨਿਕਲਦੀ ਏ, ਜੀਵਨ ਕਲਾ ਹੈ ਜੱਗ ਵਿਖਾਈ ਜਾਂਦੀ। ਤੇ ਹੱਸਦੇ ਖੇਡਦੇ ਸਿੱਖ ਨੇ ਮੁਕਤ ਹੁੰਦੇ, ਸਿੱਖੀ ਖੇਡਾਂ ਦੇ ਵਿੱਚ ਸਮਝਾਈ ਜਾਂਦੀ। ਸਿੱਖੀ ਖੇਡਾਂ ਦੇ ਵਿੱਚ ਸਮਝਾਈ ਜਾਂਦੀ ਕਿ ਆਪਣੇ ਆਪ ਨੂੰ ਸਹੀ ਰੱਖਣੇ ਲਈ ਖਿਆਲ ਬੁਰੇ ਜੋ ਮਨ 'ਚ ਪਾਲਦਾ ਨਹੀਂ, ਜੀਵਨ ਆਪਣਾ ਨਰਕ ਬਣਾਉਣ ਖਾਤਰ ਜੋ ਚੋਰੀਆਂ ਯਾਰੀਆਂ ਭਾਲਦਾ ਨਹੀਂ, ਤੇ ਖੇੜੇ ਖੁਸ਼ੀਆਂ ਨਾਲ ਮਿਲਾਪ ਰੱਖੇ ਕੀਨੇ ਸਾੜਿਆਂ ਵਿੱਚ ਆਪਾਂ ਗਾਲਦਾ ਨਹੀਂ, ਤੇ ਬੁਰਾ ਕਦੇ ਵੀ ਕਿਸੇ ਦਾ ਚਿੱਤ ਬਦਲਾ ਨਹੀਂ, ਐਵੇਂ ਕਿਸੇ ਤੇ ਚਿੱਕੜ ਉਛਾਲਦਾ ਨਹੀਂ। ਤੇ ਚੁਣ ਚੁਣ ਬਦੀ ਆਪਣੀ ਨੂੰ ਬਾਹਰ ਕੱਢੇ, ਤੇ ਔਗਣੇ ਆਪਣੇ ਢੇਰ ਉਸਾਰਦਾ ਜੋ ਗੋਲੇ ਗਿਆਨ ਦੇ ਦਾਗ ਦਾ ਮਨ ਉੱਤੇ ਅਗਨੀ ਬ੍ਰਹਮ ਦੇ ਨਾਲ ਉਹ ਜਾਲਦਾ ਜੋ। ਤੋ ਲਾਸਟ ਹੈ
ਕਿ ਹੋਲਾ ਸਦਾ ਹੀ ਉਹਦਾ ਪ੍ਰਵਾਨ ਹੁੰਦਾ, ਹੱਲਾ ਕਰੇ ਜੋ ਆਪਣੇ ਸ਼ੈਤਾਨ ਉੱਤੇ। ਹਰ ਇੱਕ ਦੇ ਅੰਦਰ ਸ਼ੈਤਾਨ ਹੈ। ਹੋਲਾ ਸਦਾ ਹੀ ਉਹਦਾ ਪ੍ਰਵਾਨ ਹੋਵੇ, ਹੱਲਾ ਕਰੇ ਜੋ ਆਪਣੇ ਸ਼ੈਤਾਨ ਉੱਤੇ। ਖੁਦਗਰਜ਼ੀਆਂ ਮਨ ਦੀਆਂ ਮਰਜ਼ੀਆਂ ਤੇ, ਫਤਿਹ ਪਾਵੇ ਜੋ ਆਪਣੇ ਹੈਵਾਨ ਉੱਤੇ। ਸਦਾ ਸੱਚ ਦੇ ਬਾਣ ਜੋ ਮਾਰਦਾ ਹੈ, ਝੂਠ ਪਾਪ ਦੇ ਬਣੇ ਜਹਾਨ ਉੱਤੇ। ਉਹ ਕਿਲੇ ਕੂੜ ਦੇ ਜੋ ਖਾੜਦਾ ਹੈ। ਧੰਨਵਾਦ। ਹੁਣ ਬਲ ਸਾਹਿਬ ਦਾ ਮਲ ਖਾੜੇ ਵਿੱਚ ਨਿਤ ਟੈਂਦਾ, ਉਹਨੂੰ ਘਿਓ ਖਵਾਉਣ ਦਾ ਕੀ ਫਾਇਦਾ। ਪਹਿਲੇ ਪੈਗ ਨਾਲ ਸ਼ੇਰ ਨੂੰ ਕਵੇ ਬਿੱਲੀ, ਉਹਨੂੰ ਹੋਰ ਪਿਆਉਣ ਦਾ ਕੀ ਫਾਇਦਾ। ਮੰਗ ਵਿਆਹਣੀ ਨਾ ਜੇ ਹੋਵੇ ਕਰ ਆਪਣੀ ਤੇ, ਉੱਥੇ ਚੁੰਨੀ ਚੜਾਉਣ ਦਾ ਕੀ ਫਾਇਦਾ। ਜਿਹੜੀ ਬਹੂ ਨਾ ਘਰ ਦਾ ਭਲਾ ਤੱਕੇ, ਉਹਨੂੰ ਵਿਆਹ ਕੇ ਲਿਆਉਣ ਦਾ ਕੀ ਫਾਇਦਾ। ਜਿਹਨੂੰ ਕਦਰ ਨਾ ਹੋਵੇ ਦਸਤਾਰ ਦੀ ਤੇ, ਜਿਹਨੂੰ ਕਦਰ ਨਾ ਹੋਵੇ ਦਸਤਾਰ ਦੀ ਤੇ, ਉਹਦੇ ਨਾਲ ਪੱਗ ਵਟਾਉਣ ਦਾ ਕੀ ਫਾਇਦਾ। ਬਿਪਤਾ ਪਈ ਤੋਂ ਜਿਹੜਾ ਛੱਡ ਜਾਵੇ, ਉਹਨੂੰ ਯਾਰ ਬਣਾਉਣ ਦਾ ਕੀ ਫਾਇਦਾ। ਚੁੱਕਿਆ ਕਰਜ਼ ਨਾ ਮੁੜੇ ਵਿਆਜ ਲੋਕੋ, ਚੁੱਕਿਆ ਕਰਜ਼ ਨਾ ਮੁੜੇ ਵਿਆਜ ਲੋਕੋ, ਉਸ ਕਰਜ਼ ਚੜਾਉਣ ਦਾ ਕੀ ਫਾਇਦਾ। ਕਹਿੰਦੇ ਫੁਰਸ਼ਤ ਹੋਵੇ ਨਾ ਜੇਕਰ ਪੱਕਿਆਂ ਦੀ, ਫੁਰਸ਼ਤ ਹੋਵੇ ਨਾ ਜੇਕਰ ਪੱਕਿਆਂ ਦੀ, ਫਿਰ ਕੱਚਿਆਂ ਨੂੰ ਢਾਉਣ ਦਾ ਕੀ ਫਾਇਦਾ। ਨਿਰਮਲ ਸਿੰਘ, ਉਹ ਜਿੱਥੇ ਕੋਈ ਗੱਲ ਨਾ ਸੁਣੇ ਉੱਥੇ ਸਿਰ ਖਪਾਉਣ ਦਾ। ਹੁਣ ਮੈਂ ਬੇਨਤੀ ਕਰਾਂਗਾ, ਡਾਕਟਰ ਸਾਹਿਬ ਸੀਨੀਅਰ ਨੇ, ਸਨਮਾਨਯੋਗ ਨੇ, ਸਾਡੇ ਵਿੱਚ ਚੋਟ ਜਗਤਪੁਰੀ ਜੀ ਨੂੰ ਇਹ 2 ਮਿੰਟ ਆਪਣੇ ਹੀ ਪਰਛਾਵੇਂ ਸੰਗ ਉਹ ਲੜਦਾ ਰਹਿੰਦਾ ਹੈ, ਆਪਣੇ ਅੰਦਰਲੇ ਜ਼ਖਮਾਂ ਨੂੰ ਉਹ ਸਦਾ ਭਰਦਾ ਰਹਿੰਦਾ। ਮਨ ਦੀ ਅਵਸਥਾ ਉਸਦੀ ਜੇ ਤਨ ਨਾਲ ਮੇਲ ਨਾ ਖਾਵੇ, ਮਨ ਦੀ ਅਵਸਥਾ ਉਸਦੀ ਜੇ ਤਨ ਨਾਲ ਮੇਲ ਨਾ ਖਾਵੇ, ਮਹਿਕ ਦਾ ਫੁੱਲ ਵੀ ਉਸਦੇ ਸਾਹਾਂ 'ਚ ਬੂ ਭਰਦਾ ਰਹਿੰਦਾ। ਮਹਿਕ ਦਾ ਫੁੱਲ ਵੀ ਉਸਦੇ ਸਾਹਾਂ 'ਚ ਬੂ ਭਰਦਾ ਰਹਿੰਦਾ ਹੈ। ਸਮੁੰਦਰ ਖੋਲਦਾ ਉਸਦੇ ਅੰਦਰ, ਸਮੁੰਦਰ ਖੋਲਦਾ ਉਸਦੇ ਅੰਦਰ, ਚਿਹਰਾ ਸ਼ਾਂਤ ਦਿਸਦਾ ਹੈ, ਬਾਹਰੋਂ ਸਾਬਤ ਦਿਸਦਾ ਉਹ, ਅੰਦਰੋਂ ਖੜਦਾ ਰਹਿੰਦਾ ਹੈ। ਬਾਹਰੋਂ ਸਾਬਤ ਦਿਸਦਾ ਉਹ, ਅੰਦਰੋਂ ਖੜਦਾ ਰਹਿੰਦਾ ਹੈ। ਅੰਦਰ ਦੀਵਾ ਜੇ ਨਹੀਂ ਜਗਦਾ, ਉਸਦਾ ਉਸਦੇ ਜਹਾਨ ਹਨੇਰਾ ਜਾਪੇ, ਉਸਨੂੰ ਜਹਾਨ ਹਨੇਰਾ ਜਾਪੇ, ਰੱਬ ਦੇ ਘਰਾਂ 'ਚ ਫਿਰ ਵੀ ਉਹ ਚਿਰਾਗ ਕਰਦਾ ਰਹਿੰਦਾ। ਦਾਮਨ ਪਾਕ ਹੈ ਉਸਦਾ ਹਮੇਸ਼ਾ ਖੈਰ ਲੋਕਾਂ ਦੀ ਮੰਗੇ, ਦਾਮਨ ਪਾਕ ਹੈ ਉਸਦਾ ਹਮੇਸ਼ਾ ਖੈਰ ਲੋਕਾਂ ਦੀ ਮੰਗੇ, ਲੋਕਾਂ ਦੀਆਂ ਜ਼ਾਲਮ ਨਜ਼ਰਾਂ ਉਜਰਦਾ ਰਹਿੰਦਾ, ਲੋਕਾਂ ਦੀਆਂ ਜ਼ਾਲਮ ਨਜ਼ਰਾਂ ਉਜਰਦਾ ਰਹਿੰਦਾ। ਅੰਦਰ ਬਾਹਰ ਉਸਦਾ ਜ਼ਖਮੀ, ਅੰਦਰ ਬਾਹਰ ਉਸਦਾ ਜ਼ਖਮੀ, ਲੂਣ ਛਿੜਕਦੇ ਲੋਕੀ, ਮਜ਼ਲੂਮਾਂ ਦੇ ਫੱਟਾਂ ਤੇ ਫਿਰ ਵੀ ਉਹ ਮਰਮ ਭਰਦਾ ਰਹਿੰਦਾ। ਹੁਣ ਮੈਂ ਮਹਾਨ ਸ਼ਾਇਰ ਨੂੰ, ਤਰਨਮ ਦੇ ਬਾਦਸ਼ਾਹ ਨੂੰ ਤੁਹਾਡੇ ਸਨਮੁਖ ਪੇਸ਼ ਕਰਨਾ। ਚੰਨ ਚਾਨਣੀ
ਰਾਤ ਮੈਂ ਰਮਾ ਟਿਮ ਟਿਮਾਉਂਦੇ ਤਾਰੇ ਚੰਨ ਚਾਨਣੀ ਰਾਤ ਮੈਂ ਰਮਾ ਟਿਮ ਟਿਮਾਉਂਦੇ ਤਾਰੇ ਪਿਛਲੀ ਗਲੀ ਵਿੱਚ ਆ ਜਹਾਣੀਆਂ ਸੌਂ ਗਏ ਪਿੰਡ ਦੇ ਸਾਰੇ ਚੰਨ ਚਾਨਣੀ ਰਾਤ ਮੈਂ ਰਮਾ ਟਿਮ ਟਿਮਾਉਂਦੇ ਤਾਰੇ ਪੋਚੇ ਲਾਵਾਂ ਤਾਰਾਂ ਰਿੜਕਾਂ ਭੱਜ ਭੱਜ ਕੰਮ ਨਵੇੜਾਂ ਸ਼ੀਸ਼ਾ ਮੈਨੂੰ ਮਾਰੇ ਸੈਨ ਤਾਂ ਜਦ ਜੁਲਫਾਂ ਨੂੰ ਛੇੜਾਂ ਦੁੱਧ ਪੜਾਵਾਂ ਲਾਚੀਆਂ ਵਾਲਾ ਦੁੱਧ ਪੜਾਵਾਂ ਲਾਚੀਆਂ ਵਾਲਾ ਤਰੀ ਕਾੜਨੀ ਹਾਵੇ ਪਿਛਲੀ ਗਲੀ ਵਿੱਚ ਆ ਜਹਾਣੀਆਂ ਸੌਂਗ ਪਿੰਡ ਦੇ ਸਾਰੇ ਚੰਨ ਚਾਨਣੀ ਰਾਤ ਮੈਂ ਰਮਾ ਟਿਮ ਟਿਮਾਉਂਦੇ ਤਾਰੇ ਕੱਪੜੇ ਸੁੱਕੇ ਲਾਉਣ ਬਹਾਨੇ ਮੈਂ ਛੱਤ ਉੱਤੇ ਆਵਾਂ ਦੇਸੀ ਘਿਓ ਦੀ ਚੂਰੀ ਕੱਟ ਤੇਰੇ ਮੂੰਹ ਚ ਬੁਰਕੀਆਂ ਪਾਵਾਂ ਬੁਰਕੀਆਂ ਪਾਵਾਂ ਖਾ ਲੈ ਸੋਹਣਿਆ ਬੁਰਕੀਆਂ ਪਾਵਾਂ ਖਾ ਲੈ ਸੋਹਣਿਆ ਲੜ ਚੁੰਨੜੀ ਦੇ ਸਾਵੇ ਪਿਛਲੀ ਗਲੀ ਵਿੱਚ ਆ ਜਹਾਣੀਆਂ ਸੌਂਗ ਪਿੰਡ ਦੇ ਸਾਰੇ ਚੰਨ ਚਾਨਣੀ ਰਾਤ ਮੈਂ ਰਮਾ ਟਿਮ ਟਿਮਾਉਂਦੇ ਤਾਰੇ ਮਗਰ ਬੱਲ ਮਾਰੀਆ ਸ਼ੁਰੂ ਕਰਤਾ ਉਹ ਜੁਮਲਾ ਜੱਟ ਜਿਹੜਾ ਸੀ ਇਹ ਬੰਦਾ ਤੇਜ਼ ਸੀ ਅੰਦਰ ਦੇਖਣ ਨੂੰ ਭੋਲਾ ਭਾਲਾ ਲੱਗਦਾ ਬਹੁਤ ਕਾਲੇ ਤੁਸੀਂ ਲੱਗਦੇ ਹੋ ਕੁਛ ਤਾਂ ਸ਼ਰਮ ਕਰੋ ਧੀਆਂ ਪੁੱਤਰਾਂ ਵਾਲੇ ਹੋ ਸੁਰਿੰਦਰ ਕੌਰ ਨੇ ਗਾਉਂਦੀ ਗਾਉਂਦੀ ਨੇ ਬੋਲਿਆ ਟੱਪਾ ਕਾਲੇ ਤੁਸੀਂ ਲੱਗਦੇ ਹੋ ਪੱਕੇ ਰੰਗ ਦੇ ਨਾ ਕੋਈ ਤਾਂ ਸ਼ਰਮ ਕਰੋ ਧੀਆਂ ਪੁੱਤਰਾਂ ਵਾਲੇ ਹੋ ਜਮਲਾ ਜੱਟ ਬੜਾ ਤੇਜ਼ ਸੀ ਬੈਠੇ ਆ ਉਹ ਕਹਿੰਦਾ ਬਾਗਾਂ ਦੇ ਵਿੱਚ ਅੰਬ ਦੇ ਬੂਟੇ ਵਿੱਚ ਬੋਲਣ ਦਾ ਪਿੰਡਾਂ ਸਵਰਗ ਨੂੰ ਜਾਵੇਂਗੀ ਲਾ ਛੱਡਿਆ ਨਾਲ ਪਿੰਡਾਂ ਸਵਰਗ ਨੂੰ ਜਾਵੇਂਗੀ ਲਾ ਛੱਡਿਆ ਨਾਲ ਅਸੀਂ ਇਹਨਾਂ ਦਾ ਜੀ ਐਂ ਕਰਦੇ ਹਾਂ ਧੰਨਵਾਦ ਵੀ ਕਰਦੇ ਹਾਂ ਅਤੇ ਆਉਣ ਦਾ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਮਾਨਯੋਗ ਬਲਦੇਵ ਰਾਜ ਜੀ ਮੈਂ ਅੱਜ ਕੱਲ੍ਹ ਪੰਜਾਬ ਕੇਸਰੀ ਵਾਲੇ ਹਰ ਮਹੀਨੇ ਮੁਸ਼ਾਇਰਾ ਕਰਾਉਂਦੇ ਆ ਜਲੰਧਰ ਅਤੇ ਉਹ ਸਹਿਜਾ ਕਿ ਮਿਸਰਾ ਤਰ੍ਹਾਂ ਦੇ ਦਿੰਦੇ ਆ ਮਿਸਰਾ ਤਰ੍ਹਾਂ ਉਹਨੇ ਇੱਕ ਲਾਈਨ ਦੇ ਦੇਣੀ ਆ ਅਤੇ ਉਹਦੇ ਉੱਤੇ ਉਹ ਗਜ਼ਲ ਕਹਿਣੀ ਆ ਅਤੇ ਮੈਂ ਵੀ ਥੋੜ੍ਹੀ ਜਿਹੀ ਆਪਣੀ ਕਾਲਮ ਜਮਾਈ ਕਰਦਾ ਉਹਦੇ 'ਤੇ ਅਤੇ ਪਿਛਲੀ ਵਾਰ ਉਹਨਾਂ ਨੇ ਉਹ ਮਿਸਰਾ ਤਰ੍ਹਾਂ ਜਿਹੜਾ ਦਿੱਤਾ ਸੀ ਉਹ ਸੀ ਕਿ ਪਕਵਾਨ ਰੱਖਦੇ ਫਿੱਕਾ ਉੱਚੀ ਦੁਕਾਨ ਵਾਲੇ ਇਹਦੇ 'ਤੇ ਗਜ਼ਲ ਕਹਿਣੀ ਸੀਗੀ ਜਿਹਦੇ ਵਿੱਚ ਇਹ ਗਜ਼ਲ ਆਵੇ ਮਿਸਰਾ ਆਵੇ ਅਤੇ ਮੈਂ ਗਜ਼ਲ ਲਿਖੀ ਸੀ ਕਿ ਅੱਖਾਂ 'ਚ ਪਾ ਕੇ ਕੱਟਾ ਬਣਦੇ ਇਮਾਨ ਵਾਲੇ ਅੱਖਾਂ 'ਚ ਪਾ ਕੇ ਕੱਟਾ ਬਣਦੇ ਇਮਾਨ ਵਾਲੇ ਪਕਵਾਨ ਰੱਖਦੇ ਫਿੱਕਾ ਉੱਚੀ ਦੁਕਾਨ ਵਾਲੇ ਔਰ ਸ਼ੇਰ ਹੈ ਕਿ ਗੱਲ ਗੱਲ 'ਤੇ ਫਿਰਨ ਵਾਲੇ ਮਹਿਲਾਂ ਦੇ ਅੱਜ ਨੇ ਮਾਲਕ ਗੱਲ ਗੱਲ 'ਤੇ ਫਿਰਨ ਵਾਲੇ ਮਹਿਲਾਂ ਦੇ ਅੱਜ ਨੇ ਮਾਲਕ
ਕੱਚੇ ਘਰਾਂ ਚ ਰਹਿ ਗਏ ਪੱਕੀ ਜ਼ਬਾਨ ਵਾਲੇ, ਕੱਚੇ ਘਰਾਂ ਚ ਰਹਿ ਗਏ ਪੱਕੀ ਜ਼ਬਾਨ ਵਾਲੇ, ਜਿਹੜਾ ਕਿ ਹਾਲਾਤ ਬਣ ਰਹੇ ਜੋ ਉਹ ਵੇਖ ਕੇ ਹੈ ਲੱਗਦਾ, ਹਾਲਾਤ ਬਣ ਰਹੇ ਜੋ ਉਹ ਵੇਖ ਕੇ ਹੈ ਲੱਗਦਾ, ਸਾਨੂੰ ਫੜਾ ਨਾ ਦੇਵੇ ਕਾਸੇ ਉਦਾਨ ਵਾਲੇ, ਸਾਨੂੰ ਫੜਾ ਨਾ ਦੇਵੇ ਕਾਸੇ ਉਦਾਨ ਵਾਲੇ, ਚਿਹਰਿਆ ਕਿ ਮੇਰੇ ਰਕੀਬ ਨੂੰ ਉਹ ਆਏ ਨੇ ਵੋਟ ਪਾ ਕੇ, ਵੋਟਾਂ ਦਾ ਸਮਾਂ ਆ ਗਿਆ ਕਿ ਮੇਰੇ ਰਕੀਬ ਨੂੰ ਉਹ ਆਏ ਨੇ ਵੋਟ ਪਾ ਕੇ, ਝੰਡੇ ਸੀ ਲੈ ਜੋ ਫਿਰਦੇ ਮੇਰੇ ਨਿਸ਼ਾਨ ਵਾਲੇ, ਝੰਡੇ ਸੀ ਲੈ ਜੋ ਫਿਰਦੇ ਮੇਰੇ ਨਿਸ਼ਾਨ ਵਾਲੇ। ਅਗਲਾ ਸ਼ੇਅਰ ਆ ਕਿ ਅੱਜ ਕੱਲ੍ਹ ਦੇ ਦੌਰੇ ਅੰਦਰ ਵਗਦੀ ਹੈ ਉਲਟ ਗੰਗਾ, ਅੱਜ ਕੱਲ੍ਹ ਦੇ ਦੌਰੇ ਅੰਦਰ ਵਗਦੀ ਹੈ ਉਲਟ ਗੰਗਾ, ਦੰਗੇ ਕਰਾ ਰਹੇ ਨੇ ਅਮਨੋ ਅਮਾਨ ਵਾਲੇ, ਦੰਗੇ ਕਰਾ ਰਹੇ ਨੇ ਅਮਨੋ ਅਮਾਨ ਵਾਲੇ। ਜਿਹੜਾ ਕਿ ਕੁਰਸੀ ਦੇ ਮੋਹ 'ਚ ਜਿਹੜੇ ਕਿਰਦਾਰ ਵੇਚੀ ਜਾਂਦੇ, ਕੁਰਸੀ ਦੇ ਮੋਹ 'ਚ ਜਿਹੜੇ ਕਿਰਦਾਰ ਵੇਚੀ ਜਾਂਦੇ, ਤੈਨੂੰ ਨਾ ਵੇਚ ਦੇਵਣ ਐ ਆਸਮਾਨ ਵਾਲੇ, ਕਿਆ ਬਾਤ ਹੈ ਕਿਆ ਬਾਤ, ਬਹੁਤ ਵਧੀਆ, ਤੈਨੂੰ ਨਾ ਵੇਚ ਦੇਵਣ ਐ ਆਸਮਾਨ ਵਾਲੇ, ਬਹੁਤ ਵਧੀਆ, ਕਿ ਕਰਦੇ ਜੋ ਬੇਵਫਾਈ ਵਾਦੇ ਵਫਾ ਦੇ ਕਰਕੇ, ਕਰਦੇ ਜੋ ਬੇਵਫਾਈ ਵਾਦੇ ਵਫਾ ਦੇ ਕਰਕੇ, ਮੈਨੂੰ ਬਚਾ ਉਹਨਾਂ ਤੋਂ ਐ ਆਸਮਾਨ ਵਾਲੇ। ਔਰ ਆਖਰੀ ਸ਼ੇਰ ਆ ਕਿ ਸੀਨੇ ਉਹਨਾਂ ਨੂੰ ਲਾਵਾਂ ਪੀਵਾਂ ਮੈਂ ਪੈਰ ਧੋ ਧੋ, ਸੀਨੇ ਉਹਨਾਂ ਨੂੰ ਲਾਵਾਂ ਪੀਵਾਂ ਮੈਂ ਪੈਰ ਧੋ ਧੋ, ਮੈਨੂੰ ਮਿਲਣ ਜੇ ਕੋਮਲ ਬੰਦੇ ਇਮਾਨ ਵਾਲੇ, ਮੈਨੂੰ ਮਿਲਣ ਜੇ ਕੋਮਲ ਬੰਦੇ ਇਮਾਨ ਵਾਲੇ। ਆਪਣਾ ਸੋਚਿਆ ਜੀ ਤਰਨਮ ਦੇ ਵਿੱਚ ਕੋ ਆਪਣਾ ਸੋਚਿਆ ਜਾ ਕੀ ਸੁਣਾਓ ਸਰ। ਪੰਜਾਬੀ ਏ ਜਵਾਨੇ ਨੀਰਕਾ ਨੇ ਮੇਰੇ ਦੇਸ ਦੀਏ, ਪੰਜਾਬੀ ਏ ਜਵਾਨੇ ਨੀਰਕਾ ਨੇ ਮੇਰੇ ਦੇਸ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰਨੀ, ਮਿੱਠੀਆਂ ਖਲਾਰੀ ਬੈਠੀ ਨੀ ਬੁੱਲੇ ਦੀ ਏ ਕਾਫੀ ਏ, ਕਿਨੇ ਤੇਰਾ ਲਾਲ ਆ ਸ਼ਿੰਗਾਰਨੀ, ਪੰਜਾਬੀ ਏ ਜਵਾਨੇ ਨੀਰਕਾ ਨੇ ਮੇਰੇ ਦੇਸ ਦੀਏ, ਪੰਜਾਬੀ ਏ ਜਵਾਨੇ ਨੀਰਕਾ ਨੇ ਮੇਰੇ ਦੇਸ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰਨੀ, ਮਿੱਠੀਆਂ ਖਲਾਰੀ ਬੈਠੀ ਬੁੱਲੇ ਦੀ ਏ ਕਾਫੀ ਏ, ਕਿਨੇ ਤੇਰਾ ਲਾਲ ਆ ਸ਼ਿੰਗਾਰਨੀ, ਪੰਜਾਬੀ ਏ ਜਵਾਨੇ ਨੀਰਕਾ ਨੇ ਮੇਰੇ ਦੇਸ ਦੀਏ, ਹਾਕਮ ਸੂਫੀ ਸਾ ਹੁਸੈਨ ਤੇ ਬਾਰਿਸ਼ ਕਾਦਰ ਯਾਰਾਂ, ਹਾਕਮ ਸੂਫੀ ਸਾ ਹੁਸੈਨ ਤੇ ਬਾਰਿਸ਼ ਕਾਦਰ ਯਾਰਾਂ, ਘਰ ਘਰ ਵਿੱਚ ਤੈਨੂੰ ਅਦਬ ਬਖਸ਼ਿਆ ਸ਼ਾਇਰਾਂ ਤੇ ਫਨਕਾਰਾਂ, ਘਰ ਘਰ ਵਿੱਚ ਤੈਨੂੰ ਅਦਬ ਬਖਸ਼ਿਆ ਸ਼ਾਇਰਾਂ ਤੇ ਫਨਕਾਰਾਂ, ਸਨ ਸੰਤਾਲੀ ਵਿੱਚ ਹੋਇਆ ਅਧਰੰਗ ਤੈਨੂੰ, ਹਾਂ ਸਨ ਸੰਤਾਲੀ ਵਿੱਚ ਹੋਇਆ ਅਧਰੰਗ ਤੈਨੂੰ, ਫੇਰ ਨਾ ਤੂੰ ਹੋਈ ਪੱਬਾ ਪਾਰਨੀ, ਪੰਜਾਬੀ ਏ ਜਵਾਨੇ ਨੀਰਕਾ ਨੇ ਮੇਰੇ ਦੇਸ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰਨੀ,
ਮਿੱਠੀਆਂ ਖਲਾਰੀ ਬੈਠੀ ਬੁੱਲੇ ਦੀ ਇਹ ਕਾਫੀ ਏ, ਹਾਂ ਕਿਨੇ ਤੇਰਾ ਲਾ ਲਿਆ ਸ਼ਿੰਗਾਰ ਨੀ, ਪੰਜਾਬੀ ਏ ਜਵਾਨੇ ਨੀ ਰਕਾਨੇ ਮੇਰੇ ਦੇਸ ਦੀਏ, ਸੂਫੀ ਸੰਤ ਫਕੀਰਾਂ ਤੈਨੂੰ ਦਿੱਤੀ ਕੁੰਡ ਚੁਕਾਈ, ਸੂਫੀ ਸੰਤ ਫਕੀਰਾਂ ਤੈਨੂੰ ਦਿੱਤੀ ਕੁੰਡ ਚੁਕਾਈ, ਲੱਗਦਾ ਉਹ ਸਰਕਾਰ ਦੇ ਜਿੱਦਾਂ ਹੁੰਦੇ ਜਵਾਈ, ਇੱਕ ਹੋਰ ਦਾਗ ਮੱਥੇ ਤੇ ਲਾਤਾ ਭਾਰਤ ਦੇ, ਨਾ ਹੁੰਦਾ ਪਹਿਲਿਆਂ ਦੀ ਜੇ ਪੁੱਠੀ ਖਲ ਲਹਾਈ, ਨਾ ਹੁੰਦਾ ਪਹਿਲਾਂ ਦੀ ਜੇ ਪੁੱਠੀ ਖਲ ਲਹਾਈ, ਕਦੇ ਮਨੀਪੁਰ ਦੇ ਵਿੱਚ ਪਤ ਲੈ ਜਾਂਦੀ ਔਰਤਾਂ ਦੀ, ਹੋ ਕਦੇ ਮਨੀਪੁਰ ਦੇ ਵਿੱਚ ਪਤ ਲੈ ਜਾਂਦੀ ਔਰਤਾਂ ਦੀ, ਅਸੀਫਾ ਵਰਗੀ ਮੰਦਿਰ ਚ ਪਾਉਂਦੀ ਰਹੀ ਦੁਹਾਈ, ਇੱਥੇ ਧਰਮ ਦੇ ਠੇਕੇਦਾਰਾਂ ਸਰਕਾਰੀ ਸ਼ੈ ਉੱਤੇ, ਇੱਥੇ ਧਰਮ ਦੇ ਠੇਕੇਦਾਰਾਂ ਸਰਕਾਰੀ ਸ਼ੈ ਉੱਤੇ, ਹੁਣ ਤਾਂ ਦੇਸ਼ ਦੇ ਅੰਦਰ ਬਾਲੀ ਅਤ ਮਚਾਈ, ਹੁਣ ਤਾਂ ਦੇਸ਼ ਦੇ ਅੰਦਰ ਬਹੁਤੀ ਅਤ ਮਚਾਈ, ਸਪੇਰੇ ਤੋਂ ਆਏ ਜਿਹੜੇ ਸਭ ਦੇਸ਼ਾਂ ਵਿੱਚੋਂ ਘੁੰਮ ਲਿਆ, ਬਥੇਰੇ ਸਪੇਰੇ ਤੋਂ ਆਏ ਜੋ ਸਭ ਦੇਸ਼ਾਂ ਵਿੱਚ ਘੁੰਮ ਲਿਆ, ਰਿਸ਼ੀਆਂ ਮੁਨੀਆਂ ਵਾਲੇ ਦੇਸ਼ ਦੀ ਵਾਰੀ ਆਈ, ਹੋ ਰਿਸ਼ੀਆਂ ਮੁਨੀਆਂ ਵਾਲੇ ਦੇਸ਼ ਦੀ ਵਾਰੀ ਆਈ, ਨਿਸ਼ਚਿੰਤ ਹੋ ਕੇ ਜਦ ਉਹ ਟੈਂਟ ਵਿੱਚ ਬੈਠੇ ਸੀ, ਨਿਸ਼ਚਿੰਤ ਹੋ ਕੇ ਜਦ ਉਹ ਟੈਂਟ ਦੇ ਵਿੱਚ ਬੈਠੇ ਸੀ, ਰਾਮ ਰਾਜ ਵਾਲੇ ਦੇਸ਼ ਨੇ ਲੁੱਟਿਆ ਜਿੱਤ ਲਾਹੀ, ਰਾਮ ਰਾਜ ਵਾਲੇ ਦੇਸ਼ ਨੇ ਲੁੱਟਿਆ ਜਿੱਤ ਲਾਹੀ, ਬਲਾਤਕਾਰੀ ਬਾਬਿਆਂ ਵਾਲੇ ਦੇਸ਼ ਨੇ ਦੱਸ ਦਿੱਤਾ, ਐਸੀ ਰਾਮ ਰਾਜ ਦੀ ਭਲਕ ਸੀ ਉਹਨਾਂ ਦਿਖਾਈ, ਅਰਬ ਦੇ ਵਾਂਗੂ ਜੇ ਸਿਰ ਕਲਮ ਕੀਤੇ ਹੁੰਦੇ ਪਹਿਲਿਆਂ ਦੇ, ਅਰਬ ਦੇਸ਼ ਦੇ ਵਾਂਗੂ ਸਿਰ ਕਲਮ ਕੀਤੇ ਹੁੰਦੇ ਪਹਿਲਿਆਂ ਦੇ, ਐਸੇ ਕੰਮ ਕਰਦਿਆਂ ਨੂੰ ਆਉਂਦੀ ਯਾਦ ਖੁਦਾਈ, ਦੇਵ ਦਾ ਸਰਕਾਰਾਂ ਨੂੰ ਇਹੋ ਕਹਿਣਾ ਏ, ਦੇਵ ਦਾ ਸਰਕਾਰਾਂ ਨੂੰ ਬਸ ਇਹੋ ਕਹਿਣਾ ਏ, ਜ਼ੁਲਮੇ ਕਦ ਤੱਕ ਸਹਿਣਾ, ਜ਼ੁਲਮੇ ਕਦ ਤੱਕ ਸਹਿਣਾ ਏ, ਪਾਣੀ ਸਿਰ ਤੋਂ ਲੰਘਦਾ ਰਹਿਣਾ ਏ, ਹੱਥ ਪੈ ਜਾਵੇ ਫਿਰ ਤੁਹਾਡੇ ਤਖਤਾਂ ਤਾਜਾਂ ਨੂੰ। ਸਾਡੇ ਮਾਨਯੋਗ ਮੇਰੇ ਛੋਟੇ ਵੀਰ ਘਣ ਸਾਹਿਬ ਜੀ, ਮੈਨੇਜਰ ਸਾਹਿਬ, ਮੈਂ ਬੇਨਤੀ ਕਰਾਂਗਾ ਸਾਰਿਆਂ ਦਾ ਧੰਨਵਾਦ ਕਰਨ ਇਸ ਮੁਸ਼ਾਇਰੇ ਦੇ। ਬਹੁਤ ਹੀ ਸਤਿਕਾਰਯੋਗ ਦਰਸ਼ਕ, ਖਾਸ ਕਰਕੇ ਗੁਰਦਾਵਰ ਜੀ ਔਰ ਪ੍ਰਧਾਨ ਜੀ ਕੰਡਾ ਜੀ, ਔਰ ਦਰਸ਼ਕਾਂ ਵਿੱਚ ਰਾਮਨਾਥ ਸ਼ਰਮਾ ਜੀ, ਕਸਤੂਰੀ ਲਾਲ ਜੀ ਢਿੱਲੋਂ ਸਾਹਿਬ, ਅਤੇ ਸਾਡੇ ਕੁਲਵੰਤ ਭਿੰਡਰ ਜੀ, ਡਾਕਟਰ ਘੁੰਮਣ ਜੀ, ਅਤੇ ਬਾਕੀ ਤਾਂ ਸਾਰੇ ਸਾਡੇ ਮੰਨੇ ਪ੍ਰਮੰਨੇ ਕਵੀ ਨੇ। ਅਸੀਂ ਦਰਸ਼ਕਾਂ ਵੱਲੋਂ ਮੁਸ਼ਾਇਰੇ ਦੇ ਸਾਰੇ ਕਵੀਆਂ ਦਾ ਬਹੁਤ ਹੀ ਸਤਿਕਾਰਯੋਗ, ਜਿਨ੍ਹਾਂ ਨੇ ਇਸ ਵਿੱਚ ਭਾਗ ਲਿਆ, ਖਾਸ ਕਰਕੇ ਚੋਟ ਸਾਹਿਬ, ਬਲਕਾਰ ਜੀ, ਬਾਸੂ ਸਾਹਿਬ, ਸਹਿਜਲ ਸਾਹਿਬ, ਸੁੱਚਾ ਬਿਰਕ ਜੀ, ਦੇਵ ਬਿਰਕ ਜੀ, ਸੁਖਦੇਵ ਗੰਡਮ ਜੀ, ਬਲ ਸਾਹਿਬ, ਭਿੰਡਰ ਸਾਹਿਬ, ਅਤੇ ਸਹਿਤ ਸਭਾ ਦੇ ਪ੍ਰਧਾਨ ਬਲਦੇਵ ਕੋਮਲ ਜੀ, ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਬੋਰਡ, ਜੋ ਕਿ ਠੀਕ ਹੋ ਕੇ ਵਾਪਸ ਆਪਣੇ ਰੌਂ ਵਿੱਚ ਆ ਰਹੇ ਨੇ। ਸਰਦੀਆਂ ਇਹਨਾਂ ਨੇ ਬਹੁਤ ਔਖੀਆਂ ਕੱਟੀਆਂ ਸੀ ਇਹਨਾਂ ਦੀਆਂ, ਡਾਕਟਰ ਤ੍ਰਿਲੋਕ ਜੀ, ਇਹਨਾਂ ਦੀ ਸਿਹਤ ਜਾਬੀ ਦੀ ਕਾਮਨਾ ਕਰਦੇ ਹਾਂ।
ਤੇ ਸਾਰੇ ਕਵੀਆਂ ਦਾ ਬਹੁਤ ਬਹੁਤ ਧੰਨਵਾਦ। ਮਤਲਬ ਜਿੰਨਾ ਆਨੰਦ ਇਸ ਕਵੀ ਦਰਬਾਰ ਚ ਆਇਆ ਵੀ ਓਨਾ ਪਹਿਲੇ ਕਵੀ ਦਰਬਾਰਾਂ ਚ ਮਤਲਬ ਆਉਂਦਾ ਸੀ ਪਰ ਓਨਾ ਨਹੀਂ ਆਉਂਦਾ ਸੀ। ਹਰ ਤਰ੍ਹਾਂ ਦਾ ਰੰਗ ਦੇਖਣ ਨੂੰ ਮਿਲਿਆ, ਮਤਲਬ ਚਾਹੇ ਉਹ ਹੋਲੇ ਮਹੱਲੇ ਦਾ ਸੀ, ਸ਼ਹੀਦ ਭਗਤ ਸਿੰਘ ਹੋਣਾ ਦੇ ਸ਼ਹੀਦੀ ਦਿਹਾੜੇ ਦਾ ਸੀ, ਜਾਂ ਜੋ ਪੱਖ ਦੇ ਮਸਲਿਆਂ ਬਾਰੇ ਸੀ, ਜਾਂ ਮਤਲਬ ਹਰ ਰੰਗ ਮਿਲਿਆ ਇਹਦੇ ਵਿੱਚ। ਤੇ ਪਰ ਕੋਸ਼ਿਸ਼ ਇਹੀ ਕੀਤੀ ਜਾਵੇ ਕਿ ਪੰਜਾਬੀ ਸਾਹਿਤ ਦਾ ਜੋ ਵਧੀਆ ਰੰਗ ਆ ਉਹੀ ਇਹਦੇ ਵਿੱਚ ਮਤਲਬ ਕੀਤਾ ਜਾਵੇ, ਤੇ ਤੁਹਾਡਾ ਸਾਰੇ ਕਵੀਆਂ ਦਾ ਇਸ ਕਵੀ ਦਰਬਾਰ ਸ਼ਾਮਿਲ ਹੋਣ ਲਈ, ਤੇ ਖਾਸ ਕਰਕੇ ਮੇਰੇ ਵਰਗੇ ਦਰਸ਼ਕਾਂ ਦਾ ਵੀ, ਸਾਡੇ ਨਾਲ ਜਿਨ੍ਹਾਂ ਨੇ ਪੰਜ ਸੱਤ ਸੀਗੇ ਕਵੀ ਜ਼ਿਆਦਾ ਗਿਣਤੀ ਵਿੱਚ ਸੀ, ਉਹਨਾਂ ਨੇ ਵੀ ਰੌਣਕ ਨੂੰ ਵਧਾਇਆ, ਬਹੁਤ ਬਹੁਤ ਧੰਨਵਾਦ।